ਜੋ ਮੁੜ ਕੇ ਦੁੱਲਦੇ ਨੇ
ਇਹ ਧਰਤੀ ਛਿੰਝਾ ਖਾ ਰਹੇ ਦੀ ਆਓ ਜੀ ਖਾੜ ਦੇ ਵਿੱਚ ਆਓ ਜੀ ਆਓ ਜੀ ਆਪਾਂ ਹਾਰੀ ਛਡਾ ਕੇ ਕੁਸ਼ਤੀ ਛਡਾ ਕੇ ਆਓ ਜੀ ਭਗਵਾਨ ਜੀ ਬਲਵਾਨ ਸਮੇਂ ਦੀ ਕਦਰ ਕਰੋ ਇਹ ਚਾਹੁੰਦਾ ਹੈ ਤੇ ਰਫਤਾਰ ਭਲਵਾਨ ਜੀ ਸਮੇਂ ਦੀ ਨਬਜ ਫੜੋ ਉਧਰ ਨਬਜ ਕੌਣ ਫੜਦਾ ਸਮੇਂ ਦੀ ਪਤਾ ਗੱਲਾਂ ਬਾਤਾਂ ਹੁਣ ਕਹਿੰਦੇ ਦੁਆਬੇ ਵਾਲਾ ਥੱਲਿਆਂ ਦੇ ਮਾਲਵੇ ਵਾਲਾ ਉੱਪਰ ਆ ਅੱਜ ਇਹ ਮਾਲਵੇ ਦੀ ਗੱਲ ਹੁੰਦੀ ਹੈ ਭਲਵਾਨੀ ਦੇ ਖੇਤਰ ਖੇਡ ਦੇ ਮੈਦਾਨ ਦੇ ਅੰਦਰ ਅਦਰ ਮਿੱਟੀ ਕਿਉਂਕਿ ਇਹ ਮਿੱਟੀ ਉਪਜਾਊ ਮਿੱਟੀ ਆ ਕਿਉਂਕਿ ਇਸ ਤੋਂ ਫਸਲਾਂ ਹੁੰਦੀਆਂ ਫਿਰ ਜਿਹੜੀ ਫਸਲ ਪੈਦਾ ਕਰਦੇ ਆ ਪਤਾ ਲੱਗਦਾ ਫਿਰ ਜ਼ੋਰ ਲੱਗਦਾ ਹੋਇਆ ਅਖਾੜੇ ਦੇ ਵਿੱਚ ਲੱਗਦਾ ਹੋਇਆ ਜ਼ੋਰ ਅਖਾੜੇ ਦੇ ਵਿੱਚ ਜਿਹਨੀ ਸਾਹਮਣਾ ਮਿਹਨਤ ਲਾਈ ਹੈ ਉਹਨੇ ਅਖਾੜੇ ਦੇ ਵਿੱਚ ਘੁੜਨਾ ਹੈ ਉਹਨੇ ਪੈਣਾ ਉਹਨੇ ਜਿੱਤਣਾ ਉਹਨੇ ਹਰਨਾ ਉਹਨੇ ਜਿੱਤਣਾ ਉਹਨੇ ਹਰਨਾ ਮਿੱਟੀ ਵੀ ਉਹਨੂੰ ਲੱਗਣੀ ਹੈ ਜਿਹੜੇ ਬਾਹਰ ਗੱਲਾਂ ਕਰੀ ਜਾਂਦੇ ਨਾ ਜਿਹੜਾ ਵਿੱਚ ਖਾੜਿਆ ਪਤਾ ਲੱਗਦਾ ਰੇਤ ਕਰਦੇ ਆ ਤੜਕੇ ਉੱਠਣਾ ਪੈਂਦਾ ਜਦੋਂ ਵਾਹਿਗੁਰੂ ਦੀ ਗੱਲ ਪਾਠੀ ਸਾਹਿਬਾਨ ਗੁਰੂ ਘਰਾਂ ਵਿੱਚ ਕਰਦੇ ਆ ਜਦੋਂ ਮੰਦਰਾਂ ਵਿੱਚ ਰਾਮ ਦੀ ਗੱਲ ਹੁੰਦੀ ਆ ਅਤੇ ਮਸਤਾਂ ਵਿੱਚ ਅੱਲਾ ਦੀ ਗੱਲ ਹੁੰਦੀ ਆ ਆਓ ਭਲਵਾਨਾਂ ਦਾ ਦੇਖ ਲਓ ਜੀ ਹੋਰ ਕਿਉਂਕਿ ਇਹ ਸੰਘਰਸ਼ ਲਾਈਫ ਆ ਫੱਕਰ ਲਾਈਫ ਹੁੰਦੀ ਆ ਭਲਵਾਨਾਂ ਦੀ ਫੱਕਰ ਲਾਈਫ ਹੁੰਦੀ ਆ ਕਿਉਂਕਿ ਇਹ ਭਲਵਾਨ ਰੱਬ ਨੂੰ ਮੰਨ ਕੇ ਕਿਉਂਕਿ ਰੱਬ ਫਿਰ ਜੇ ਕੰਮ 'ਚ ਬਰਾਜਮਾ ਹੋ ਜਾਏ ਨਾ ਪਤਾ ਲੱਗਦਾ ਫਿਰ ਯੂਰਾਵਰ ਇਹ ਦੇ ਉੱਤੇ ਗੱਲ ਆ ਭਲਵਾਨ ਜੀ ਜਿਹੜੇ ਪਤਾ ਨੌਜਵਾਨਾਂ ਲਾਓ ਕੋਈ ਦਾਅ ਪਏ 'ਚ ਜਿੱਦਾਂ ਸ਼ਹਿਰ ਕਹਿੰਦਾ ਕਿ ਖੁੱਚ ਪੁੱਟਣੀ ਤੇ ਬੜੀ ਔਖੀ ਲਾਉਣੀ ਹੈ ਕੁਸ਼ਤੀ ਵਿੱਚ ਢਾਕ ਮਿੱਤਰੋ ਤਾਂ ਮਿਹਨਤਾਂ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਖੁਰਾਕ ਖਾਣੀ ਪੈਂਦੀ ਹੈ ਉਸਤਾਦਾਂ ਦੀਆਂ ਮਾਰਾਂ ਝੱਲਣੀਆਂ ਪੈਂਦੀਆਂ ਫੇਰ ਜਾ ਕੇ ਬੰਦਾ ਦੁਨੀਆਂ ਤੇ ਮੱਲ ਬਣਦਾ ਸ਼ਹਿਰ ਕਹਿੰਦਾ ਜਿੰਨਾ ਚਿਰ ਨਹੀਂ ਠੋਕਰਾਂ ਵੱਜਦੀਆਂ ਨੇ ਉਹਨਾਂ ਚਿਰ ਨਹੀਂ ਬੰਦਾ ਇਨਸਾਨ ਬਣਦਾ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋ ਜਾਏ ਆ ਕੇ ਜੱਗ ਦੇ ਪਹਿਲਵਾਨ ਬਣਦਾ ਮਿਹਰ ਦੀਨਾ ਕਿਉਂਕਿ ਮਿਹਰ ਦੀਨ ਗਾਵਾਂ ਭਲਵਾਨ ਹੋਇਆ ਕਹਿੰਦਾ ਮੈਂ ਭਲਵਾਨ ਬਾਅਦ ਚੋਂ ਬਣਿਆ ਪਹਿਲਾਂ ਆਪਣੇ ਅੰਦਰ ਮੈਂ ਨੂੰ ਖਤਮ ਕੀਤਾ ਜਦੋਂ ਬੰਦੇ ਤੋਂ ਮੈਂ ਖਤਮ ਹੋ ਜਾਂਦੀ ਨਾ ਮੱਖ ਨੂੰ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਬਿਲਕੁਲ ਉਰਦੂ ਦਾ ਸ਼ਾਇਰ ਇਮਾਮਾ ਇਕਬਾਲ ਕਹਿੰਦਾ ਕਿ ਮਿਟਾ ਦੇ ਆਪਣੀ ਹਸਤੀ ਕੋ ਅਗਰ ਮੁਰਤਬਾ ਚਾਹੀਏ ਤੋ ਦਾਨਾ ਖਾਕ ਮੇ ਮਿਲਕਰ ਖੁਲੇ ਮਨ ਯਾਰ ਹੋਤਾ ਹੈ ਕੁਸ਼ਤੀ ਖਾੜੇ ਦੇ ਵਿੱਚ ਲੱਗਦਾ ਹੋਇਆ ਜ਼ੋਰ ਅਖਾੜੇ ਦੇ ਵਿੱਚ ਕਿ ਤਿੰਨੋ ਚੰਡੇ ਹੀ ਕਮਾਉਂਦੇ ਨੇ ਚੇਲਾ ਖੁਰਪਾ ਤੇ ਖਡਾਰੀ ਜੇਕਰ ਲਾਉਣੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਯਾਰੀ ਤਿੰਨੋ ਚੰਡੇ ਹੀ ਕਮਾਉਂਦੇ ਨੇ ਚੇਲਾ ਖੁਰਪਾ ਖਡਾਰੀ ਖਡਾਰੀ ਭਲਵਾਨ ਨਾਲ ਵੀ ਚੰਡ ਕੇ ਰੱਖਣਾ ਪੈਂਦਾ ਭਲਵਾਨ ਜੀ ਇੱਧਰ ਵੀ ਸਿਖਾਓ ਮੇਰਾ ਵੀਰ ਇੱਥੇ ਰੱਖ ਬੱਲੇ ਬੱਲੇ ਹੁੰਦੀ ਨਹੀਂ ਕਰਵਾਉਣੀ ਪੈਂਦੀ ਆ ਬੰਦੀ ਭਰਾ ਦੁਨੀਆ ਆਪਣੀ ਥਾਂ ਤੋਂ ਖੇਲਦੀ ਨਹੀਂ ਹਲਾਉਣੀ ਪੈਂਦੀ ਉੱਧਰ ਢਾਉਣ ਦੇ ਉੱਤੇ ਐਨ ਕੀਲਾ ਕੱਢ ਦਿੱਤਾ ਆ ਇਹ ਮੈਨੂੰ ਲੱਗਦਾ ਦੁਆਬੇ ਵਾਲੇ ਦਾ ਧਰਤੀ ਹੈ ਇਹ ਧਰਤੀ ਦੇ ਹੱਥਾਂ ਵਿੱਚ ਪੁੱਜੀਆਂ ਜਾਂਦੀ ਹੈ ਇਹ ਸਾਰਾ ਬਲੈਤੀ
ਜਿਹੜਾ ਪਹਿਲਾਂ ਦਾ ਮਾਰੇਗਾ ਪੁਆਇੰਟ ਲਵੇਗਾ। 2 ਮਿੰਟ ਦਾ ਸਮਾਂ ਦਿੱਤਾ ਗਿਆ। ਉਧਰ ਸਰਦਾਰ ਸ਼ਿਵਚਰਨ ਸਿੰਘ ਜੀ ਕਾਲਰਾ, ਜਿਨ੍ਹਾਂ ਦਾ ਪੋਤਾ ਮਨਪ੍ਰੀਤ ਸਿੰਘ ਜੀ ਕਾਲਰਾ ਆਸਟ੍ਰੇਲੀਆ, ਭੈਣ ਕਮਲਜੀਤ ਕੌਰ ਆਸਟ੍ਰੇਲੀਆ, ਜਿਨ੍ਹਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਜਿਹੜੀ ਦਾਤ ਬਖਸ਼ੀ ਹੈ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ। ਪੁੱਤਰ ਦਾ ਨਾਮ ਅਨਮੋਲ ਸਿੰਘ ਰੱਖਿਆ ਅਤੇ ਅਰਮਾਨ ਸਿੰਘ ਵੀ ਆਸਟ੍ਰੇਲੀਆ ਤੋਂ ਲਾਈਵ ਹੈ ਅਤੇ ਸਾਡੇ ਵੀਰ ਆਏ ਆ, ਕਹਿੰਦੇ ਬਈ ਪੁਰਤਗਾਲ ਵਾਲਾ ਵੀਰ ਕਰਮਵੀਰ ਸਿੰਘ ਅਤੇ ਪਰਮਜੀਤ ਸਿੰਘ ਹੁਣੀ ਉਹ ਵੀ ਇੱਥੇ ਆਨੰਦ ਮਾਣ ਰਹੇ। ਅਤੇ 2 ਮਿੰਟ ਦਾ ਸਮਾਂ ਜਿਹੜਾ ਇਸ ਕੁਸ਼ਤੀ ਨੂੰ ਹੱਲੇ ਦਿੱਤਾ ਗਿਆ। ਮਾਲਵੇ ਦੀ ਟੱਕਰ ਦੁਆਬੇ ਦੇ ਨਾਲ ਚੱਲਦੀ ਹੋਈ, ਉਹ ਲੱਗਦਾ ਹੋਇਆ ਜ਼ੋਰ ਅਖਾੜੇ ਦੇ ਵਿੱਚ ਲੱਗਦਾ ਹੋਇਆ ਜ਼ੋਰ, ਕਿ ਜ਼ੋਰ ਤੇ ਜਵਾਨੀ ਤੇ ਕੋਈ ਮਾਣ ਨਾ ਕਰੇ। ਹੁੰਦੇ ਨੇ ਬਗਾਨੇ ਪਰੇ ਤੋਂ ਪਰੇ, ਹੁੰਦੇ ਨੇ ਬੇਪ, ਹੋ ਗਿਆ ਫੈਸਲਾ ਹਲੇ ਜੇਤੂ ਹੈ। ਧੰਨ ਧੰਨ ਗੁਗਾ ਯਾਹਰ ਪੀਰ ਦੀਆਂ ਦੀ ਯਾਦ ਨੂੰ ਸਮਰਪਿਤ ਚੋਟੀ ਦਾ ਛਿੰਝ ਮੇਲਾ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਦੀ ਧਰਤੀ 'ਤੇ ਕਰਵਾਇਆ ਗਿਆ।